ਪੰਜਾਬ ਦੀ ਅਕਾਲੀ ਸਿਆਸਤ ਵਿੱਚ ਵੱਡਾ ਧਮਾਕਾ। ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਹੋ ਕੇ ਰਣਧੀਰ ਸਿੰਘ ਰੱਖੜਾ, ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਪਟਿਆਲਾ ਦਿਹਾਤੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਰਣਧੀਰ ਸਿੰਘ ਛੋਟੀ ਉਮਰ ਤੋਂ ਹੀ ਅਕਾਲੀ ਦਲ ਦੇ ਵਿੱਚ ਰਹਿਣ ਤੋਂ ਬਾਅਦ ਅਚਾਨਕ ਪਾਰਟੀ ਛੱਡਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਜਿਸ ਦਿਨ ਤੋਂ ਅਕਾਲੀ ਦਲ ਦੀ ਬਾਗਡੋਰ ਸੁਖਬੀਰ ਦੇ ਹੱਥਾਂ ਵਿੱਚ ਆਈ ਹੈ, ਉਸ ਦਿਨ ਤੋਂ ਹੀ ਪਾਰਟੀ ਜਿਹੜੇ ਸਿਧਾਂਤਾਂ 'ਤੇ ਚੱਲੀ ਸੀ ਉਹ ਉਸ ਤੋਂ ਭਟਕ ਗਈ ਹੈ। ਰੇਤ ਮਾਫੀਆ, ਸ਼ਰਾਬ ਮਾਫੀਆ ਦੇ ਚੁੰਗਲ ਵਿੱਚ ਫਸਣ ਕਰਕੇ ਪੁਰਾਣੇ ਅਕਾਲੀ ਵਰਕਰਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਜਾਂਦਾ। ਰਣਧੀਰ ਸਿੰਘ ਰੱਖੜਾ ਨੇ ਅਕਾਲੀ ਦਲ ਟਕਸਾਲੀ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਅਸੀਂ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਪਿੰਡ ਪਿੰਡ ਜਾ ਕੇ ਅਕਾਲੀ ਦਲ ਟਕਸਾਲੀ ਨੂੰ ਮਜ਼ਬੂਤ ਕਰਾਂਗੇ। ਰਣਧੀਰ ਸਿੰਘ ਰੱਖੜਾ, ਮੈਂ ਸਾਬਕਾ ਪ੍ਰਧਾਨ ਹਾਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲੇ ਦਾ, ਲਿਆਤੀ ਦਾ, ਅਤੇ ਮੈਂ ਕੌਮੀ ਵਾਈਸ ਪ੍ਰੈਜ਼ੀਡੈਂਟ ਰਿਹਾ ਪਾਰਟੀ ਦਾ, ਵਰਕ ਕਮੇਟੀ ਮੈਂਬਰ ਵੀ ਰਿਹਾ, ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਪੰਜਾਬ ਦਾ ਮੈਂ ਚੇਅਰਮੈਨ ਵੀ ਰਿਹਾ, ਅਤੇ ਲਗਾਤਾਰ ਮੈਂ 4 ਵਾਰ ਪਿੰਡ ਦਾ ਸਰਪੰਚ ਵੀ ਰਿਹਾ। ਮੈਂ ਬਹੁਤ ਛੋਟੇ ਲੈਵਲ ਤੋਂ, ਛੋਟੀ ਉਮਰ ਤੋਂ ਪੰਥਾਂ ਦਾ ਜਿਹੜਾ ਕੁਛ ਅਸਾਂ ਚੜ੍ਹਨ ਵਾਲੀ ਉਂਗਲੀ ਫੜ ਕੇ ਤੁਰਿਆ ਸੀ, ਔਰ ਉਸ ਸਮੇਂ ਤੋਂ ਹੀ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਾ ਆ ਰਿਹਾ ਸੀ। ਪਰ ਬਦਕਿਸਮਤੀ ਇਹ ਹੈ ਕਿ ਜਦੋਂ ਹੁਣ ਦੇਖਿਆ ਕਿ ਜਿਸ ਦਿਨ ਦੀ ਬਾਗਡੋਰ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਆਈ ਹੈ, ਔਰ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਿਧਾਂਤਾਂ 'ਤੇ ਤੁਰਿਆ ਸੀਗਾ ਉਹ ਪਾਰਟੀ ਸਿਧਾਂਤ ਛੱਡ ਗਈ, ਕਿਸੇ ਵਰਕਰੀ ਟਕਸਾਲੀ ਵਰਕਰੀ ਤਾਂ ਗੱਲ ਨਹੀਂ ਸੁਣੀ ਜਾਂਦੀ, ਉੱਥੇ ਤਾਂ ਉਹੀ ਜਿਹੜੇ ਕਾਕਾਸ਼ਾਹੀ ਲੋਕ ਨੇ ਜਿਹੜੇ ਰੇਤ ਮਾਫੀਆ ਵਾਲੇ ਜਾਂ ਸ਼ਾਹ ਮਾਫੀਆ ਵਾਲੇ, ਉਹ ਆਲੇ ਦੁਆਲੇ ਉਹਨਾਂ ਨੇ ਘੇਰਾ ਪਾ ਲਿਆ, ਅਤੇ ਟਕਸਾਲੀਆਂ ਨੇ ਪੁੱਛਿਆ ਢੀਂਡ ਸਾਹਿਬ ਦਾ ਕਸੂਰ ਕੀ ਸੀ, ਬ੍ਰਹਮਪੁਰ ਸਾਹਿਬ ਦਾ ਕਸੂਰ ਕੀ ਸੀ। ਸਿਰਫ ਉਹਨੇ ਇਹੀ ਕਿਹਾ ਸੀ ਨਾ ਵੀ ਜੇ ਪਾਰਟੀ 10 ਸਾਲ ਰਾਜਪਾਲ ਕਰਨ ਤੋਂ ਬਾਅਦ ਵੀ 15 ਸੀਟਾਂ 'ਤੇ ਆ ਗਈ ਤਾਂ ਕੋਈ ਕਾਰਨ ਤਾਂ ਹੋਏਗਾ, ਕਾਰਨ ਤਾਂ ਲੱਭ ਲਈਏ, ਉਹਦੀ ਕਮੇਟੀ ਬਣਾ ਦਿਉ ਜਾਂ ਪ੍ਰਧਾਨ ਨਹੀਂ ਛੱਡ ਦਿਉ ਤੁਸੀਂ, ਕੋਈ ਗੱਲ ਨਾ, ਕੋਈ ਕਮੇਟੀ ਬਣਾਈ ਨਾ ਕੋਈ ਸਮੀਖਿਆ ਕੀਤੀ, ਅਤੇ ਉਲਟਾ ਇਹਨਾਂ ਨੂੰ ਪਾਰਟੀ ਕੱਢਤਾ। ਅਤੇ ਮੈਨੂੰ ਖੁਸ਼ੀ ਉਦੋਂ ਹੋਈ ਜਦੋਂ ਸਰ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਤਹੀਆ ਕੀਤਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਉਹਨਾਂ ਲਿਖਿਆ ਤੋਰਨ ਲਈ ਇਹਨਾਂ ਨੇ ਬੀੜਾ ਚੁੱਕਿਆ, ਮੈਂ ਸਮਝਦਾ ਇਹ ਵਧਾਈ ਦੇ ਪਾਤਰ ਨੇ, ਔਰ ਮੈਨੂੰ ਸੁਭਾਗ ਪ੍ਰਾਪਤ ਹੋਇਆ ਕਿ ਮੈਂ ਇਹਨਾਂ ਦਾ ਪੱਲਾ ਫੜ ਕੇ ਹੁਣ ਮੈਂ ਇਹਨਾਂ ਦਾ ਸਾਥ ਦੇਣ ਦਾ ਅੱਜ ਅਹਿਦ ਲਿਆ, ਔਰ ਮੈਂ ਯਕੀਨ ਦਿਵਾਉਣਾ ਕਿ ਪਟਿਆਲੇ ਜ਼ਿਲ੍ਹੇ ਵਿੱਚ ਵੀ ਔਰ ਨਾਲ ਲੱਗਦੇ ਜ਼ਿਲ੍ਹੇ ਵਿੱਚ ਵੀ, ਕਿਉਂਕਿ ਸੰਗਰੂਰ ਜ਼ਿਲ੍ਹਾ ਉਹਨਾਂ ਦਾ ਆਪਣਾ ਹੈ, ਉੱਥੋਂ ਵੀ ਮੈਂ ਇੱਕ ਵਾਰੀ ਚੋਣ ਦਾ ਇੰਚਾਰਜ ਲਏ ਜਿੱਥੇ ਪਰਮਿੰਦਰ ਸਿੰਘ ਢੀਂਡਸਾ ਹੈਗੇ ਆਪਣੇ MLA ਨੇ, ਉੱਥੋਂ ਪ੍ਰੇਮ ਸਿੰਘ ਚੰਦੂਮਾ ਨੇ ਚੋਣ ਲੜੀ ਸੀ, ਉਦੋਂ ਉੱਥੇ ਇੰਚਾਰਜ ਰਿਹਾ ਸੀ, ਅਤੇ ਮੈਂ ਹਰ ਹਲਕੇ ਜਾ ਕੇ ਘਰ ਘਰ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ, ਔਰ ਨੀਤੀਆਂ ਤੋਂ ਦੱਸ ਕੇ ਅਸੀਂ ਲੋਕਾਂ ਨੂੰ ਲਾਵਾਂ ਗਏ ਢੀਂਡਸਾ ਨਾਲ ਜੋੜਾਂਗੇ। ਸੁਖਦੇਵ ਸਿੰਘ ਢੀਂਡਸਾ ਨੇ ਰਣਧੀਰ ਸਿੰਘ ਰੱਖੜਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਰਣਧੀਰ ਸਿੰਘ ਰੱਖੜਾ ਨੇ ਅਕਾਲੀ ਦਲ ਦਾ ਹਰ ਇੱਕ ਅਹੁਦਾ ਜ਼ਿੰਮੇਵਾਰੀ ਨਾਲ ਸੰਭਾਲਿਆ ਹੈ। ਹੁਣ ਰਣਧੀਰ ਸਿੰਘ ਰੱਖੜਾ ਦਾ ਮੈਂ ਸਵਾਗਤ ਕਰਦਾ ਹਾਂ। ਰਣਧੀਰ ਸਿੰਘ ਰੱਖੜਾ ਦੇ ਪਾਰਟੀ ਵਿੱਚ ਆਉਣ ਨਾਲ ਹੋਰ ਮਜ਼ਬੂਤੀ ਮਿਲੇਗੀ। ਰਣਧੀਰ ਸਿੰਘ ਰੱਖੜਾ ਜੋ ਬੜੇ ਇੰਪੋਰਟੈਂਟ ਅਕਾਲੀ ਦਲ ਨੇ, ਅਕਾਲੀ ਰਹੇ ਨੇ, ਜਿਨ੍ਹਾਂ ਨੇ ਕੋਈ ਅਹੁਦਾ ਨਹੀਂ ਹੋਣਾ ਜਿਹੜਾ ਇਹਨੂੰ ਨਹੀਂ ਮਿਲਿਆ, ਚਾਹੇ ਜ਼ਿਲ੍ਹੇ ਦੀ ਜਥੇਦਾਰੀ ਹੈ, ਚਾਹੇ ਸਟੇਟ ਦੀ ਵੀਰ ਪ੍ਰਧਾਨਗੀ ਹੈ, ਚਾਹੇ ਵਰਕਿੰਗ ਕਮੇਟੀ ਹੈ, ਔਰ ਭਾਵੇਂ ਯੂਥ ਦੀ ਪ੍ਰਧਾਨਗੀ ਹੈ, ਭਾਵੇਂ ਜ਼ਿਲ੍ਹੇ ਦੀ ਪ੍ਰਧਾਨਗੀ ਹੈ। ਇਸ ਕਰਕੇ ਇਹਨਾਂ ਦੇ ਸਾਰੇ ਕੁਛ ਹੋਣ ਦੇ ਬਾਵਜੂਦ ਇਹ ਅੱਜ ਆ ਕੇ ਜੁਆਇਨ ਕੀਤੇ ਨੇ। ਇਹਨਾਂ ਦੇ ਸਾਥੀ ਨੇ ਜਿਹੜੇ ਉਹ ਫਿਰ ਕਹਿੰਦੇ ਅਸੀਂ ਆਪੋ ਆਪਣੇ ਏਰੀਆ 'ਚ ਹਲਕਿਆਂ 'ਚ ਕੱਟ ਕਰਕੇ ਇਕੱਠੇ ਲੜਾਂਗੇ। ਇਸ ਕਰਕੇ ਮੈਂ ਇਹਨਾਂ ਨੂੰ ਜੀ ਆਇਆਂ ਕੀਤਾ, ਮੈਂ ਕੀਤਾ, ਰਾਮੂ ਵਾਲੀ ਜੀ ਨੇ ਸਾਰਿਆਂ ਨੇ ਅਸੀਂ ਇਹਨਾਂ ਨੂੰ ਜੀ ਆਇਆਂ ਕਿਹਾ, ਔਰ ਇਹਨਾਂ ਦਾ ਧੰਨਵਾਦ ਕੀਤਾ ਕਿ ਇਹਨਾਂ ਨਾਲ ਆਉਣ ਨਾਲ ਸਾਡੀ ਪਾਰਟੀ 'ਚ ਹੋਰ ਬੜੀ ਤਾਕਤ ਨਾਲ ਮਿਲੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਅਤੇ ਟਕਸਾਲੀ ਕਿੱਧਰ ਟੁੱਕਦੇ ਹਨ। ਭਾਰਤ ਸੰਦੇਸ਼ ਲਈ ਬਿਊਰੋ ਰਿਪੋਰਟ।